ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਮੋਤੀ ਨਗਰ ਦੇ ਬਾਹਰ ਅੱਜ ਉਸ ਵੇਲੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਕੁਝ ਲੋਕਾਂ ਨੇ ਥਾਣੇ ਦੇ ਇੱਕ ASI ਵੱਲੋਂ ਲਿਫਟ ਦੇ ਬਹਾਨੇ ਨੌਜਵਾਨ ਨੂੰ ਥਾਣੇ ਲਿਜਾ ਕੇ ਥੱਪੜ ਮਾਰਨ ਅਤੇ ਜ਼ਬਰਦਸਤੀ ਮੋਟਰਸਾਈਕਲ ਨੂੰ ਜ਼ਬਤ ਕਰਨ ਦਾ ਆਰੋਪ ਲਗਾਇਆ, ਜਿਸ ਤੋਂ ਬਾਅਦ ਪੀੜਤ ਨੌਜਵਾਨ ਨੇ ਲੋਕਾਂ ਅਤੇ ਸੰਬੰਧਿਤ ਨੌਜਵਾਨ ਦੇ ਪਰਿਵਾਰ ਸਮੇਤ ਥਾਣੇ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ। ਉਹਨਾਂ ਕਥਿਤ ਤੌਰ 'ਤੇ ASI 'ਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਮਾਰਕੁੱਟ ਕਰਨ ਦੇ ਆਰੋਪ ਲਗਾਏ ਨੇ। ਅੰਦਰ ਗਏ ਜੀ, ਕਹਿੰਦੇ ਅੰਦਰ ਲਾ ਦੇ, ਕਾਗਜ਼ ਲੈ ਕੇ ਆਣੇ ਆ। ਠੀਕ ਆ ਜੀ, ਉਸ ਤੋਂ ਬਾਅਦ ਅੰਦਰ ਗਿਆ, ਚਾਬੀ ਖੋਲੀ ਜੀ, ਤੇ ਕਹਿੰਦੇ ਤੂੰ ਚਲਾਨ ਕਰਾ। ਚਲ ਕੋਈ ਗੱਲ ਨੀ, ਤੂੰ ਚਲਾਨ ਕਰ ਲਓ। ਇਹ ਕੀ ਹੁਣ, ਇਹ ਤਾਂ ਬੰਦਾ ਡਰੂਗਾ ਜੀ ਉੱਤੋਂ। ਠੀਕ ਆ, ਫੁੱਲ ਬਿੱਤੀ ਹੁਣ। ਚਪੇੜਾ ਮਾਰਿਆ, ਕਹਿੰਦਾ ਚਲਾਨ ਕਰਾ, ਚਲਾਨ ਕਰ ਲੋ। ਉਹਨੇ ਉਹ ਕਹਿੰਦਾ ਨਹੀਂ, ਗੱਡੀ ਪੌਂਡ। ਇਹ ਕਹਿੰਦਾ ਭਾਈ ਮਹਾਰਾਜ ਹੈਗੇ, ਮੰਗਾ ਦਿੰਦਾ ਮੈਂ। ਉਹਨੇ ਗੱਡੀ ਪੌਂਡ ਕਰਤੀ, ਆ ਦੇਖੋ ਕਾਗਜ਼ ਪੱਤਰ ਸਾਰੇ ਜੀ। SHO ਸਾਹਿਬ ਨੂੰ ਇਹ ਕਿਹਾ ਜਾਵੇ ਕਿ ਇਹ ਥਾਣੇ ਦੇ ਵਿੱਚ ਨਜਾਇਜ਼ ਕਿਸੇ ਨੂੰ ਰੋਕ ਕੇ ਗੱਡੀ ਦੇ ਪੂਰੇ ਕਾਗਜ਼, ਗੱਡੀ ਬੌਂਡ ਕਰ ਰਹੇ ਨੇ। ਇੱਥੇ ਮੁਲਾਜ਼ਮ ਸ਼ਰਾਬ ਇੱਥੇ ਰੱਜ ਕੇ ਪੀਣ ਤੋਂ ਬਾਅਦ ਸਾਨੂੰ ਤੰਗ ਕਰ ਰਹੇ ਨੇ, ਨਜਾਇਜ਼ ਤੰਗ ਕਰ ਰਹੇ ਨੇ, ਤਾਂ ਕਿਉਂ ਹੋ ਰਿਹਾ ਵਾ? ਪੰਜਾਬ ਪੁਲਿਸ ਦਾ ਲੋਕਾਂ ਦੀ ਸੇਫਟੀ ਐਸੇ ਹੁੰਦੀ ਹੈ? ਸੇਫਟੀ ਹੈ, ਸੇਫਟੀ ਦਿਨੇ ਸਰੀਫ ਬੰਦਾ ਪੂਰੇ ਕਾਗਜ਼ ਨਵੀਂ ਬਾਈਕ ਰੋਕ ਕੇ ਮੈਂ ਕਿਹਾ ਚਪੇੜਾ ਮਾਰ ਕੇ ਚਲਾਨ ਕਰ ਰਹੇ ਹੋ, ਆ ਕਿਹੜੀ ਇਸ ਕਿਹੜੀ ਗੁੰਡਾ ਕਰਦੀ? ਮੈਂ ਕਿਹਾ ਸਾਰੇ ਅਮੂਰ ਦਾ ਗੁੰਡਾ ਕਰਦੀ ਹੈ ਜੀ। ਰਾਤ ਨੂੰ ਆਪਾਂ ਦੇਖੀਏ ਨਾ, ਦਿਨੇ ਹਰ ਕੋਈ ਬੰਦਾ ਦੇਖ ਰਿਹਾ ਵਾ ਜੀ। ਦੱਸੋ ਕਿਸੇ ਸੀਨੀਅਰ ਘਰ ਨਾਲ ਗੱਲਬਾਤ ਕਰੋਗੇ ਤੁਸੀਂ? ਬਈ ਮੈਂ ਗੱਲਬਾਤ ਮੈਂ ਕੋਈ ਨਹੀਂ ਕਰਨੀ, ਮੇਰਾ ਜੋ ਚੀਜ਼ ਹੋਈ ਮੈਂ ਦੱਸਤੀ। ਕਾਰਵਾਈ ਜੋ ਕਰਨੀ ਉਹਨਾਂ ਕਰ ਦੇਣਗੇ, ਆਪਾਂ ਆਪਣੇ ਵੱਲੋਂ ਕਾਰਵਾਈ ਕਰ ਦਾਂਗੇ। ਗੱਡੀ ਬੌਂਡ ਕਾਲ ਹੁੰਦੇ ਹੋਏ ਮੈਂ ਤਾਂ ਹੈਰਾਨ। ਦੱਸੋ ਜੀ ਬੇਟਾ ਗੱਲ ਆ ਸਰ, ਮੇਰਾ ਨਾਮ ਵਿਕਾਸ ਯਾਦਵ ਹੈ ਸਰ, ਮੈਂ ਇੱਥੇ ਵਰਤਮਾਨ ਕੋਲ ਰਹਿੰਦਾ ਸਰ। ਠੀਕ ਹੈ ਜੀ, ਮੈਂ ਮੇਰਾ ਨਜਾਇਜ਼ ਹੋਈ ਹੈ ਬਿਲਕੁਲ ਹੀ ਸਰ। ਮੈਂ ਆਰਾਮ ਨਾਲ ਬੋਲ ਲੈ ਕੇ ਆ ਰਹੀ ਸੀ, ਕ੍ਰਿਕਟ ਖੇਡਦੇ ਪਾ ਸੰਡੇ ਦਿਨ ਸਰ, ਮੈਂ ਕੰਮ ਕਰਦਾ ਹਾਂ, ਅੱਜ ਛੁੱਟੀ ਸੀ ਸਰ। ਠੀਕ ਹੈ, ਤਾਂ ਮੈਂ ਇੱਧਰੋਂ ਜਾ ਰਿਹਾ ਸੀ, ਸਰ ਨੇ ਕਿਹਾ ਕਿ ਮੈਨੂੰ ਮੰਦਰ ਤੱਕ ਛੱਡ ਦੇ ਪਹਿਲਾਂ। ਫਿਰ ਮੈਂ ਕਿਹਾ ਚਲੋ ਸਰ ਠੀਕ ਹੈ, ਮੈਂ ਛੱਡ ਦੇਣਾ। ਫਿਰ ਕਹਿੰਦੇ ਗੱਡੀ ਅੰਦਰ ਲੈ ਚੱਲ, ਮੈਂ ਕਾਗਜ਼ ਕੁਛ ਰਹਿ ਗਏ ਮੇਰੇ। ਨਜਾਇਜ਼ ਜੀ ਅੰਦਰ ਲੈ ਕੇ ਗਏ ਮੈਨੂੰ, ਫਿਰ ਚਾਬੀ ਖੋਲੀ, ਫਿਰ ਨਜਾਇਜ਼ ਜੀ ਮਾਰਤਾ ਮੈਨੂੰ ਥੱਪੜ। ਫਿਰ ਕਹਿੰਦੇ ਕਿ ਕਾਗਜ਼ ਨਹੀਂ ਆ ਗਿਆ ਤੇਰੇ ਕੋਲ, ਕਹਿੰਦੇ ਕਾਗਜ਼ ਦਿਖਾ। ਮੈਂ ਗੱਡੀ 'ਚੋਂ ਕੱਢ ਕੇ ਕਾਗਜ਼ ਦਿਖਾਏ, ਆਰਸੀ ਨਹੀਂ ਸੀਗੀ ਮੇਰੇ ਕੋਲ। ਫਿਰ ਕਹਿੰਦੇ ਕਾਗਜ਼ ਦਿਖਾ, ਫਿਰ ਮੈਂ ਕਹਿੰਦੇ ਆਰਸੀ ਨਹੀਂ ਹੈਗੀ, ਮੈਂ ਕਿਹਾ ਮੰਗਾ ਲੈਣਾ ਆਰਸੀ। ਫਿਰ ਮੈਨੂੰ ਕਹਿੰਦੇ ਕਿ ਨਹੀਂ ਆਰਸੀ ਤੁਸੀਂ ਜਲਦੀ ਮੰਗਾ। ਮੈਂ ਕਿਹਾ ਠੀਕ ਹੈ ਸਰ, ਮੰਗਾ ਰਿਹਾ ਆਰਸੀ, ਜਿਵੇਂ ਹੀ ਮੰਗਾਇਆ ਕਹਿੰਦੇ ਕੁਛ ਨਹੀਂ ਸੁਣਨੀ ਹੈਗੀ, ਗੱਡੀ ਤੇਰੀ ਬੌਂਡ। ਅੱਛਾ, ਲਿਫਟ ਮੰਗੀ, ਇੱਕ ਮਿੰਟ ਯਾਰ, ਲਿਫਟ ਮੰਗਾ ਤੋਂ ਬੌਂਡ ਕਰ ਦੇ। ਹਾਂਜੀ ਸਰ, ਨਾਲੇ ਉਹ ਵੀ ਆਪ ਹੀ ਮੈਂ ਤਾਂ ਮੇਰੀ ਗੱਡੀ ਅੰਦਰ ਲੈ ਕੇ, ਕਹਿੰਦੇ ਮੈਨੂੰ ਚੱਲ ਅੰਦਰ ਛੱਡ ਦੇ, ਕਾਗਜ਼ ਲੈ ਕੇ ਆਣੇ ਸਰ। ਕਿੰਨੀ ਨਜਾਇਜ਼ ਹੋਈ ਸਰ? ਕਿੰਨੀਆਂ ਕੁਝ ਪੇੜਾਂ ਮਾਰੀਆਂ ਤੁਹਾਡੇ? ਦੋ ਸਰ। ਕਿਉਂ ਘਰ ਮਾਰਨ ਦਾ ਕਾਰਨ? ਸਰ ਕਹਿੰਦੇ ਕਾਗਜ਼ ਨਹੀਂ ਹੈ, ਕਹਿੰਦੇ ਗੱਲ ਕਰ ਲੈਂਦੇ ਯਾਰ। ਕਹਿੰਦੇ ਸਰ ਟ੍ਰਿਪਲਿੰਗ ਹੈਗੀ ਹੈ, ਨਾਲੇ ਸਰ ਦਰਾਜ ਦਾਰੂ ਕੀਤੀ ਹੁੰਦਾ ਨੇ ਸਰ, ਪੂਰੀ ਫੁੱਲ ਰੱਜ ਕੇ ਸਰ ਸਾਰਿਆਂ ਨੂੰ ਮਾਰਦੇ ਪਏ, ਰੋਕ ਕੇ ਨਜਾਇਜ਼ ਜੀ। ਪ੍ਰਸ਼ਾਸਨ ਤੋਂ ਕੀ ਮੰਗ ਹੈ ਤੁਹਾਡੀ? ਪ੍ਰਸ਼ਾਸਨ ਤੋਂ ਇਹੀ ਹੈ ਸਰ, ਜਿਹੜੇ ਲੋਕਾਂ ਨੂੰ ਮਤਲਬ ਉਹਨਾਂ ਦੀ ਸੇਵਾ ਕਰਨ ਵਾਸਤੇ ਰੱਖਿਆ, ਉਹਦਾ ਨਜਾਇਜ਼ ਜੀ ਸਾਡੇ ਤਪੇੜੇ ਮਾਰਦੇ ਪਏ, ਕੀ ਉਮੀਦ ਕਰਾਂਗੇ ਫਿਰ ਉਹਨਾਂ ਤੋਂ? ਹਾਂਜੀ ਸਰ, ਧੱਕਾ ਹੋਇਆ ਬਹੁਤ ਜ਼ਿਆਦਾ ਸਰ, ਧੱਕਾ ਹੋਇਆ ਮੇਰੇ ਨਾਲ।